are watching Channel Y. Channel Y. A South Asian Canadian channel. You are watching Channel Y. Channel Y. A South Asian Canadian channel. The Aam Aadmi Party ਵੱਲੋਂ 5 ਉਮੀਦਵਾਰਾਂ ਦਾ ਨੰਬਰ ਪਾਰਲੀਮੈਂਟ ਦੀ ਸੀਟਾਂ ਲੜ ਕੇ ਜਾ ਰਿਹਾ ਹੈ। ਸੁਣਿਆ ਉਹਨਾਂ ਨੇ ਸਾਨੂੰ ਇਹ ਦਿੱਤਾ ਵਾ ਕਿ ਅੱਜ ਤੋਂ ਬਾਅਦ ਤੁਹਾਡੇ ਵਾਸਤੇ ਯੂਨਿਟੀ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਕੀਤੇ ਜਾਣ। ਪਰ ਖਹਿਰਾ ਸਾਹਿਬ ਨੂੰ ਪਤਾ ਨਹੀਂ ਵਾਰ ਵਾਰ ਕਿਉਂ ਤਕਲੀਫ ਹੁੰਦੀ ਹੈ, ਕਿਉਂ ਨਹੀਂ ਉਹ ਗੱਲ ਮੰਨ ਰਹੇ। ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਆ, ਆਮ ਆਦਮੀ ਪਾਰਟੀ ਸਾਰੇ ਦੇਸ਼ ਦੀ ਇੱਕ ਵੱਡੀ ਪਾਰਟੀ ਆ, ਇਹ ਨਹੀਂ ਹੈਗਾ ਵੀ ਗੱਲੀ ਪੰਜਾਬ ਦੀ ਪਾਰਟੀ ਆ। 2019 ਲੋਕ ਸਭਾ ਚੋਣਾਂ ਨੂੰ ਲੈ ਕੇ ਆਮ ਆਦਮੀ ਪਾਰਟੀ ਵੱਲੋਂ 5 ਉਮੀਦਵਾਰਾਂ ਦੀ ਸੂਚੀ ਐਲਾਨੀ ਗਈ, ਜਿਸ ਤੋਂ ਬਾਅਦ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਵਿੱਚ ਕਾਟੋ ਕਲੇਸ਼ ਵੱਜ ਚੁੱਕਿਆ ਹੈ। ਪਿਛਲੇ ਦਿਨੀ 2 ਧੜਿਆਂ ਵੱਲੋਂ ਇੱਕ ਹੋਣ ਦੀਆਂ ਖਬਰਾਂ ਆ ਰਹੀਆਂ ਸਨ, ਲੇਕਿਨ ਲੋਕ ਸਭਾ ਉਮੀਦਵਾਰਾਂ ਦੇ ਨਾਮ ਐਲਾਨੇ ਜਾਣ ਤੋਂ ਬਾਅਦ ਬਾਗੀ ਧੜੇ ਦੇ ਲੀਡਰ ਸੁਖਪਾਲ ਸਿੰਘ ਖਹਿਰਾ ਵੱਲੋਂ ਆਪ ਦੀ ਦਿੱਲੀ ਲੀਡਰ ਦੇ ਖਿਲਾਫ ਵੱਡਾ ਐਲਾਨ ਕੀਤਾ ਗਿਆ। ਖਹਿਰਾ ਨੇ ਕਿਹਾ ਕਿ ਉਹ 7 ਨਵੰਬਰ ਤੱਕ ਉਡੀਕ ਕਰਨਗੇ ਕਿ ਆਮ ਆਦਮੀ ਪਾਰਟੀ ਆਪਣੇ ਟਾਂਚੇ ਨੂੰ ਭੰਗ ਕਰ ਦੇਵੇ। ਉਹਨਾਂ ਦਾਅਵਾ ਕੀਤਾ ਕਿ ਜੇਕਰ ਆਮ ਆਦਮੀ ਪਾਰਟੀ ਆਪਣੇ ਮੌਜੂਦਾ ਟਾਂਚੇ ਨੂੰ ਭੰਗ ਨਹੀਂ ਕਰਦੀ ਤਾਂ ਪੰਜਾਬ ਵਿੱਚ ਨਵਾਂ ਫਰੰਟ ਕਾਇਮ ਕੀਤਾ ਜਾਵੇਗਾ। ਆਮ ਆਦਮੀ ਪਾਰਟੀ ਦੀ ਆਪਸੀ ਤਾਲਮੇਲ ਤੇ ਯੂਨਿਟੀ ਦੀ ਗੱਲ ਚੱਲ ਰਹੀ ਸੀ। ਤੁਸੀਂ ਜੇ ਅਗਰ ਮੇਰੇ ਹੱਥ ਵਿੱਚ ਕਾਗਜ਼ ਪੜਿਆ, ਅੱਜ ਜਿਹੜੇ ਮੈਂ ਪੁਆਇੰਟਸ ਲਿਖੇ ਸੀਗੇ ਮੀਟਿੰਗ ਕਰਨ ਵਾਸਤੇ, ਔਰ ਉਹਦੇ ਤੋਂ ਬਾਅਦ ਛੋਟੇ ਪੁਆਇੰਟਸ ਲਿਖ ਲੈਣਾ ਜਿਹੜਾ ਕਿ ਅਸੀਂ ਮੀਡੀਆ ਨੂੰ ਅਸੀਂ ਗੱਲ ਕਹਿਣੀ ਆ, ਉਹਦੇ ਤੋਂ ਪਹਿਲਾਂ ਸਭ ਤੋਂ ਪਹਿਲਾਂ ਪੁਆਇੰਟ ਇਹ ਸੀਗਾ ਕਿ ਜਿਹੜੀ ਸਾਡੀ ਆਪਸ ਵਿੱਚ ਯੂਨਿਟੀ ਦੀ ਗੱਲ ਚੱਲਦੀ ਸੀਗੀ, ਉਸ ਨੂੰ ਹੋਰ ਅੱਗੇ ਲਿਜਾਉਣ ਵਾਸਤੇ ਅੱਜ ਦੀ ਮੀਟਿੰਗ ਵਿੱਚ ਅਸੀਂ ਤੈਅ ਕਰਨਾ ਸੀਗਾ, ਪ੍ਰਪੋਜ਼ਲ ਸੀਗੀ, ਗੱਲਬਾਤ ਹੋ ਗਈ ਸੀਗੀ ਕਿ ਆਪਾਂ ਆਪਣੀ ਜਿਹੜੀ ਐਡਹੋਕ ਪੋਲੀਟੀਕਲ ਅਫੇਅਰਸ ਕਮੇਟੀ ਹੈ 15 ਮੈਂਬਰਸ ਦੀ, ਅੱਜ ਉਸ ਨੂੰ ਅਸੀਂ ਭੰਗ ਕਰਨਾ ਸੀਗਾ। ਔਰ ਨਾਲ ਫਿਰ ਸਾਡੇ ਜਿਹੜੇ ਕੋਲੀਗਸ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਦਿੱਲੀ ਤੋਂ ਪ੍ਰੇਰਿਤ ਨੇ, ਉਹਨਾਂ ਨੂੰ ਸੱਦਾ ਦੇਣਾ ਸੀਗਾ ਕਿ ਅਸੀਂ ਆਪਣੀ ਪੋਲੀਟੀਕਲ ਅਫੇਅਰਸ ਕਮੇਟੀ ਯਾਨੀ ਕਿ PAC ਅਸੀਂ ਭੰਗ ਕਰ ਦਿੱਤੀ ਆ, ਤੇ ਤੁਸੀਂ ਵੀ ਆਪਣੀ ਜਿਹੜੀ ਕੋਰ ਕਮੇਟੀ ਬਣਾਈ ਆ ਉਸ ਨੂੰ ਇੱਕ ਵਾਰ ਭੰਗ ਕਰਕੇ ਤੇ ਟੇਬਲ ਦੇ ਉੱਤੇ ਬੈਠ ਕੇ ਆਪਾਂ ਆਪਣੀ ਪਾਰਟੀ ਦੇ ਯੂਨਿਟੀ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰੀਏ। ਇਸ ਲੈਵਲ ਤੱਕ ਅਸੀਂ ਏਕਤਾ ਦੇ ਵਾਸਤੇ ਚਾਰਾਜੋਈ ਤੇ ਵਿਚਾਰ ਵਟਾਂਦਰਾ ਕੀਤਾ ਸੀਗਾ। ਸਭ ਤੋਂ ਪਹਿਲਾ ਪੁਆਇੰਟ ਇਹ ਲਿਖਿਆ PAC ਟੂ ਡਿਸੋਲਵ PAC ਟੂ ਕੰਪਲੀਟ ਯੂਨਿਟੀ ਐਫਰਟਸ, ਦਿਸ ਵਾਜ਼ ਦਾ ਪੁਆਇੰਟ ਦੈਟ ਆਈ ਹੈਡ। ਪਰ ਮੈਨੂੰ ਬੜਾ ਦੁੱਖ ਹੋਇਆ ਸਾਨੂੰ ਸਾਰਿਆਂ ਨੂੰ ਜਦੋਂ ਅਸੀਂ ਲਗਭਗ 11:30 ਵਜੇ ਸਾਡੇ ਕੋਲ ਖਬਰ ਪਹੁੰਚ ਗਈ ਸੀਗੀ ਕਿ ਸਾਡੇ ਜਿਹੜੇ ਸਤਿਕਾਰਯੋਗ ਕੁਲੀਗਸ ਨੇ ਜਿਹੜੇ ਦਿੱਲੀ ਸਪੋਂਸਰਡ ਨੇ, ਉਹਨਾਂ ਨੇ ਇੱਕ ਤਰਫਾ ਯਾਨੀ ਕਿ ਯੂਨੀਲੈਟਰਲੀ 5 ਕੈਂਡੀਡੇਟਸ ਲੋਕ ਸਭਾ ਦੇ ਅਨਾਊਂਸ ਕਰ ਦਿੱਤੇ ਨੇ। ਇਹ ਜਿਹੜੀ ਅਨਾਊਂਸਮੈਂਟ ਹੈ ਇੱਥੋਂ ਸਾਨੂੰ ਹੁਣ ਜਾਂ ਪੰਜਾਬ ਦੇ ਲੋਕਾਂ ਨੂੰ ਮੈਂ ਕਹਿਣਾ ਚਾਹੁੰਦਾ, ਵਿਸ਼ਵ 'ਚ ਬੈਠੇ ਸਤਿਕਾਰਯੋਗ ਸਾਰੇ ਪੰਜਾਬ ਦੇ ਲੋਕ, ਉਹ ਲੋਕ ਜਿਹੜੇ ਆਮ ਆਦਮੀ ਪਾਰਟੀ ਨੂੰ ਇਕੱਠਾ ਦੇਖਣਾ ਚਾਹੁੰਦੇ ਸੀਗੇ, ਇਹ ਹੁਣ ਤੁਹਾਡੀ ਕਚਹਿਰੀ ਵਿੱਚ ਇਹ ਫੈਸਲਾ ਹੈ ਕਿ ਕੀ ਤੁਹਾਨੂੰ ਲੱਗਦਾ ਵਾ ਕਿ ਇੱਕ ਪਾਸੇ ਆਪਾਂ ਯੂਨਿਟੀ ਦੀ ਗੱਲ ਕਰ ਰਹੇ ਹਾਂ, ਇੱਕ ਪਾਸੇ ਅਸੀਂ 5 ਲੋਕ ਸਭਾ ਦੇ ਉਮੀਦਵਾਰ ਐਲਾਨ ਕਰ ਰਹੇ ਹਾਂ। ਜਾਂ ਤਾਂ ਹੁੰਦਾ ਨਾ ਕਿ ਕਾਗਜ਼ ਦਾਖਲ ਕਰਨ ਦਾ ਸਮਾਂ ਲੰਘ ਰਿਹਾ, ਯਾਨੀ ਕਿ ਕੱਲ੍ਹ ਲਾਸਟ ਡੇਟ ਹੈ, ਇਸ ਲਈ ਅੱਜ ਹੀ 5 ਉਮੀਦਵਾਰ ਐਲਾਨਣੇ ਲੋਕ ਸਭਾ ਦੇ ਬਹੁਤ ਜ਼ਰੂਰੀ ਆ, ਕਿਤੇ ਉਹਨਾਂ ਦੀ ਪੇਪਰ ਫਾਈਲਿੰਗ ਨਾ ਰਹਿ ਜਾਏ। ਪਰੰਤੂ 6-6.5 ਮਹੀਨੇ ਅੱਜ ਇਲੈਕਸ਼ਨਾਂ ਨੂੰ ਪਏ ਨੇ ਔਰ ਉਹਨਾਂ ਨੇ ਇੱਕ ਤਰਫਾ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਪੰਜਾਬ ਦੇ ਵਿੱਚ 5 ਐਲਾਨ ਕਰਕੇ ਸਾਨੂੰ ਵੀ ਸੰਕੇਤ ਇਹ ਦਿੱਤਾ ਵਾ, ਸੁਣਿਆ ਦਿੱਤਾ, ਅਸੀਂ ਸਮਝੀਏ ਨਾ ਸਮਝੀਏ, ਲੋਕ ਸਮਝਣ ਜਾਂ ਨਾ ਸਮਝਣ, ਸੁਣਿਆ ਉਹਨਾਂ ਨੇ ਸਾਨੂੰ ਇਹ ਦਿੱਤਾ ਵਾ ਕਿ ਅੱਜ ਤੋਂ ਬਾਅਦ ਤੁਹਾਡੇ ਵਾਸਤੇ ਯੂਨਿਟੀ ਦੇ ਦਰਵਾਜ਼ੇ ਸਦਾ ਵਾਸਤੇ ਬੰਦ ਕੀਤੇ ਜਾਂਦੇ, ਸਦਾ ਵਾਸਤੇ ਬੰਦ ਕੀਤੇ ਜਾਂਦੇ। ਬਹੁਤ ਦੁੱਖਦਾਈ ਇਹ ਸਾਰੇ ਆਮ ਇਲੈਕਟੋਰੇਟ ਦੀਆਂ ਭਾਵਨਾਵਾਂ ਦੇ ਨਾਲ ਇੱਕ ਮਜ਼ਾਕ ਆ, ਇੱਕ ਖਿਲਵਾੜ ਆ। ਇਹਦੇ ਬਾਵਜੂਦ ਅਸੀਂ ਫਿਰ ਵੀ ਹੀਆਂ ਰੱਖਦਿਆਂ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ, ਕੋਈ ਕਿਸੇ ਤਰ੍ਹਾਂ ਦਾ ਸਾਡੀ ਕੋਈ ਵੀਕਨੈਸ ਨਾ ਸਮਝੀ ਜਾਵੇ। ਸਾਡਾ ਅਲਟੀਮੇਟਮ ਉਹਨਾਂ ਦੇ ਕੋਲ 1 ਨਵੰਬਰ 2018 ਤੱਕ ਸੀਗਾ ਕਿ ਤੁਸੀਂ ਆਪਣੀਆਂ ਗਲਤੀਆਂ ਸੁਧਾਰ ਕੇ ਆ ਜਾਓ, ਅਸੀਂ ਤੁਹਾਡੇ ਨਾਲ ਖੁੱਲ੍ਹੇ ਬੈਠ ਕੇ ਵਿਚਾਰ ਕਰਕੇ ਅਤੇ ਯੂਨਿਟੀ 'ਤੇ ਚਰਚਾ ਕਰਾਂਗੇ।
ਅਸੀਂ ਉਹ ਜਿਹੜਾ ਅਲਟੀਮੇਟਮ ਹੈ ਹੁਣ ਅਸੀਂ ਪੀ ਐਸ ਸੀ ਤਾਂ ਨਹੀਂ ਭੰਗ ਕਰ ਸਕਦੇ ਕਿਉਂਕਿ ਐਂ ਲੱਗੇਗਾ ਕਿ ਜਿੱਦਾਂ ਅਸੀਂ ਕੋਈ ਗੋਡੇ ਟੇਕ ਰਹੇ ਹਾਂ ਪਰੰਤੂ ਉਹ ਜਿਹੜਾ ਅਲਟੀਮੇਟਮ ਸੀਗਾ 1 ਨਵੰਬਰ ਦਾ ਅਸੀਂ 1 ਹਫ਼ਤਾ ਹੋਰ ਇਸ ਨੂੰ ਐਕਸਟੈਂਡ ਕਰਾਂਗੇ ਇਨ ਦਾ ਲਾਰਜਰ ਇੰਟਰਸਟ ਆਫ ਪੰਜਾਬ ਨਾਟ ਇਨ ਦੀ ਇੰਟਰਸਟ ਆਫ ਦੀਸ ਸੋ ਕਾਲਡ ਨੈਰੋ ਮਾਈਂਡਡ ਪੀਪਲ ਬਟ ਇਨ ਦਾ ਲਾਰਜਰ ਇੰਟਰਸਟ ਆਫ ਪੰਜਾਬ ਪੰਜਾਬ ਦੇ ਵਡੇਰੇ ਹਿੱਤਾਂ ਦੇ ਵਾਸਤੇ ਅਸੀਂ 8 ਨਵੰਬਰ ਤੱਕ ਯੂਨਿਟੀ ਦੇ ਇਸ ਐਫਰਟਸ ਨੂੰ ਦੁਬਾਰਾ ਦਰਵਾਜ਼ਿਆਂ ਨੂੰ ਅਸੀਂ ਖੁੱਲ੍ਹਾ ਛੱਡਦੇ ਹਾਂ ਔਰ ਜਿਹੜਾ ਇਹ ਕਿਹਾ ਜਾ ਰਿਹਾ ਕਿ 5 ਸੀਟਾਂ ਐਲਾਨ ਦਿੱਤੀਆਂ ਹਲੇ ਵੀ ਗੁੰਜਾਇਸ਼ ਹੈ ਇਹ ਸਾਡੇ ਨਾਲ ਵੀ ਮਜ਼ਾਕ ਆ ਕਿਉਂਕਿ ਗੱਲ ਕੀ ਕਰ ਰਹੇ ਹਾਂ ਅਸੀਂ ਗੱਲ ਵਿਚਾਰਧਾਰਕ ਹੋ ਰਹੀ ਆ ਸੀਟਾਂ ਦੀ ਗੱਲ ਨਹੀਂ ਹੋ ਰਹੀ ਗੱਲ ਇਹ ਹੋ ਰਹੀ ਸੀਗੀ ਕਿ ਕੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ 100% ਖੁਦਮੁਖਤਿਆਰੀ ਨਾਲ ਆਪਣੀ ਪਾਰਟੀ ਚਲਾ ਸਕਦੀ ਹੈ ਔਰ ਇਹਦੀ ਲੋੜ ਇਸ ਲਈ ਪਈ ਕਿਉਂਕਿ 2017 ਦਾ ਦਿੱਲੀ ਵੱਲੋਂ ਚਲਾਇਆ ਗਿਆ ਤਜਰਬਾ ਬਿਲਕੁਲ ਮੁਕੰਮਲ ਤੌਰ ਤੇ ਫੇਲ ਹੋ ਗਿਆ ਸੀਗਾ ਇਸ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਮਿਸ਼ਨ 2019 ਲਈ ਵੱਡੀ ਪਹਿਲ ਕਰਦਿਆਂ ਲੋਕ ਸਭਾ ਚੋਣਾਂ ਲਈ ਆਪਣੇ 5 ਉਮੀਦਵਾਰ ਐਲਾਨ ਦਿੱਤੇ ਹਨ ਪਾਰਟੀ ਦੀ ਅੱਜ ਹੀ ਚੁਣੀ ਗਈ ਮੁੱਖ ਬੁਲਾਰਾ ਬਲਜਿੰਦਰ ਕੌਰ ਨੇ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਭਗਵੰਤ ਮਾਨ ਸੰਗਰੂਰ ਪ੍ਰੋਫੈਸਰ ਸਾਧੂ ਸਿੰਘ ਫਰੀਦਕੋਟ ਡਾਕਟਰ ਰਵਜੋਤ ਸਿੰਘ ਹੁਸ਼ਿਆਰਪੁਰ ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਤੇ ਨਰਿੰਦਰ ਸ਼ੇਰਗਿੱਲ ਆਨੰਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਚੋਣ ਲੜਨਗੇ 1 ਨੰਬਰ 'ਤੇ ਸਰਦਾਰ ਭਗਵੰਤ ਸਿੰਘ ਜੀ ਮਾਨ ਸਿਟਿੰਗ MP ਨੇ ਸੰਗਰੂਰ ਤੋਂ 5,33,237 ਵੋਟਾਂ ਲਈਆਂ ਸੀ ਪਿਛਲੇ ਵਾਰੀ ਔਰ 2,11,721 ਦੇ ਫਰਕ ਨਾਲ ਜਿੱਤੀ ਸੀ ਇਹ ਸਾਡੇ ਸੰਗਰੂਰ ਤੋਂ ਦੁਬਾਰਾ ਫੇਸ ਬੀਂਗ ਸਿਟਿੰਗ ਕੈਂਡੀਡੇਟ ਇਹ ਕੈਂਡੀਡੇਟ ਹੋਣਗੇ ਦੂਸਰਾ ਪ੍ਰੋਫੈਸਰ ਸਾਧੂ ਸਿੰਘ ਜੀ ਇਹ ਵੀ ਸਿਟਿੰਗ MP ਨੇ ਫਰੀਦਕੋਟ ਤੋਂ 4,50,751 ਵੋਟਾਂ ਲਈਆਂ ਸੀ ਮਾਰਜਨ ਸੀ 1,72,522 ਦਾ ਤੀਸਰੇ ਕੈਂਡੀਡੇਟ ਨੇ ਸਾਡੇ ਹੁਸ਼ਿਆਰਪੁਰ ਤੋਂ ਡਾਕਟਰ ਰਵਜੋਤ ਸਿੰਘ ਇਹ ਸਾਡੇ ਜ਼ੋਨ ਪ੍ਰੈਜ਼ੀਡੈਂਟ ਨੇ ਇਸ ਵਕਤ ਹੁਸ਼ਿਆਰਪੁਰ ਜ਼ੋਨ ਦੇ ਰਵਜੋਤ ਦੁਆਬਾ ਜ਼ੋਨ ਦੇ ਰਵਜੋਤ ਸਿੰਘ MD ਡਾਕਟਰ ਨੇ ਜੀ ਰਵਜੋਤ RAVJOT ਇਹ ਹੁਸ਼ਿਆਰਪੁਰ ਜੀ ਪੰਜਾਬ ਸੀਟ ਹੈ ਜਿਹੜੇ ਆਲਰੇਡੀ ਕੈਂਡੀਡੇਟ ਸੀਗੇ ਸ਼ਾਮ 84 ਤੋਂ ਕੈਂਡੀਡੇਟ ਸੀ ਜੀ ਫਰਵਰੀ 2017 ਦੇ ਵਿੱਚ ਇਹਨਾਂ ਨੇ 42,797 ਵੋਟਾਂ ਲਈਆਂ ਸੀ ਦੇਖ ਲਿਆ ਜੀ ਚੌਥੇ ਕੈਂਡੀਡੇਟ ਨੇ ਸਰਦਾਰ ਕੁਲਦੀਪ ਸਿੰਘ ਧਾਲੀਵਾਲ ਸ੍ਰੀ ਅੰਮ੍ਰਿਤਸਰ ਸੀਟ ਤੋਂ ਕੁਲਦੀਪ ਸਿੰਘ ਧਾਲੀਵਾਲ ਇਹ ਸਾਡੇ ਮਾਝਾ ਜ਼ੋਨ ਦੇ ਜ਼ੋਨ ਇੰਚਾਰਜ ਨੇ ਕੁਲਦੀਪ ਸਿੰਘ ਧਾਲੀਵਾਲ ਪੰਜਵੇਂ ਨੇ ਜੀ ਸਰਦਾਰ ਨਰਿੰਦਰ ਸਿੰਘ ਸ਼ੇਰਗਿੱਲ ਸ੍ਰੀ ਅਨੰਦਪੁਰ ਸਾਹਿਬ ਨਰਿੰਦਰ ਸਿੰਘ ਸ਼ੇਰਗਿੱਲ ਇਹ ਸਾਡੇ ਫਾਈਨਾਂਸ ਕਮੇਟੀ ਦੇ ਵਿੱਤ ਕਮੇਟੀ ਦੇ ਚੇਅਰਮੈਨ ਨੇ ਔਰ ਪਿਛਲੇ ਵਾਰੀ SS ਨਗਰ ਮੋਹਾਲੀ ਜੀ ਨੂੰ ਕਹਿੰਦੇ ਅਸੀਂ ਉਸ ਤੋਂ 38,931 ਵੋਟਾਂ ਨਾਲ ਇਹ ਲੈ ਕੇ ਜਿੱਤੇ ਮਤਲਬ ਇਲੈਕਸ਼ਨ ਲੜੀ ਸੀ ਸੋ ਇਹ 5 ਕੈਂਡੀਡੇਟ ਸਾਡੇ ਅਸੀਂ ਅਨਾਊਂਸ ਕੀਤੇ ਆ ਲੋਕ ਸਭਾ ਚੋਣਾਂ ਲਈ 5 ਆਪ ਦੇ ਉਮੀਦਵਾਰਾਂ ਦੇ ਨਾਮ ਘੋਸ਼ਣਾ ਹੋਣ ਤੋਂ ਬਾਅਦ ਖਹਿਰਾ ਵੱਲੋਂ ਜਿਤਾਈ ਗਈ ਨਾਰਾਜ਼ਗੀ ਉੱਤੇ ਬੋਲਦੇ ਹੋਏ ਵਿਰੋਧੀ ਧਿਰ ਦੇ ਨੇਤਾ ਹਰਪਾਲ ਚੀਮਾ ਨੇ ਕਿਹਾ ਕਿ ਉਹਨਾਂ ਨੂੰ ਸਮਝ ਨਹੀਂ ਆਉਂਦਾ ਕਿ ਖਹਿਰਾ ਚਾਹੁੰਦੇ ਕੀ ਨੇ ਉਹ ਮੀਡੀਆ ਦੇ ਮਾਧਿਅਮ ਤੋਂ ਉਹਨਾਂ ਨੂੰ ਪੁੱਛਦੇ ਹਨ ਕਿ ਆਖਰਕਾਰ ਉਹ ਕੀ ਕਰਨਾ ਚਾਹੁੰਦੇ ਨੇ ਦੇਖੋ ਆਮ ਆਦਮੀ ਪਾਰਟੀ ਵੱਲੋਂ ਸਾਰੇ ਦਰਵਾਜ਼ੇ ਖੁੱਲ੍ਹੇ ਨੇ ਕਿ ਆਮ ਆਦਮੀ ਪਾਰਟੀ ਚਾਹੁੰਦੀ ਹੈ ਖਹਿਰਾ ਸਾਹਿਬ ਕੰਮ ਕਰਨ ਪਰ ਉਹਨਾਂ ਦੀ ਕੀ ਮਜਬੂਰੀ ਹੈ ਖਹਿਰਾ ਸਾਹਿਬ ਹੀ ਦੱਸ ਸਕਦੇ ਨੇ ਕਿ ਵਾਰ ਵਾਰ ਸਾਡੇ ਸਾਰੇ ਨੇਤਾ ਜਾ ਕੇ ਮਨਾ ਰਹੇ ਨੇ ਪਤਾ ਨਹੀਂ ਉਹਨਾਂ ਦੀ ਕੀ ਮਜਬੂਰੀ ਹੈ ਇਹ ਤਾਂ ਖਹਿਰਾ ਸਾਹਿਬ ਹੀ ਖੁੱਲ੍ਹ ਕੇ ਦੱਸ ਸਕਦੇ ਨੇ ਕੀ ਮਜਬੂਰੀ ਆ ਮੈਂ ਖਹਿਰਾ ਸਾਹਿਬ ਨੂੰ ਬੇਨਤੀ ਕਰਦਾ ਵੀ ਦੱਸੋ ਤੁਹਾਨੂੰ ਕੀ ਚਾਹੀਦਾ ਤੁਸੀਂ ਜੇਕਰ ਤੁਹਾਨੂੰ ਇੱਦਾਂ ਲੱਗਦਾ ਵੀ ਖਹਿਰੇ ਬੰਦ ਨੇ ਦਰਵਾਜ਼ੇ ਸਾਡੇ ਲਈ ਕੋਈ ਦਰਵਾਜ਼ੇ ਬੰਦ ਨਹੀਂ ਆਮ ਆਦਮੀ ਪਾਰਟੀ ਦਰਵਾਜ਼ੇ ਹਰ ਇੱਕ ਉਸ ਵਿਅਕਤੀ ਲਈ ਖੁੱਲ੍ਹੇ ਨੇ ਜਿਹੜਾ ਪੰਜਾਬ ਨਹੀਂ ਸੋਚ ਰਿਹਾ ਪੰਜਾਬ ਦੇ ਮਸਲੇ ਨਹੀਂ ਸੋਚ ਰਿਹਾ ਪੰਜਾਬ ਦੇ ਲੋਕਾਂ ਦੀ ਭਲਾਈ ਸੋਚਦਾ ਉਹਦੇ ਲਈ ਹਰ ਇੱਕ
ਦੇ ਜਿਹੜੇ ਦਰਵਾਜ਼ੇ ਨੇ ਖੁੱਲ੍ਹੇ ਨੇ। ਦੇਖੋ ਇਹਨਾਂ ਗੱਲਾਂ ਤੋਂ ਜਿਸ ਤਰ੍ਹਾਂ ਅੱਜ ਪੀਸੀ ਕੀਤੀ, ਲਗਾਤਾਰ ਉਹਨਾਂ ਦਾ ਲਾਈਵ ਹੋਣਾ, ਲਗਾਤਾਰ ਪ੍ਰੈਸ ਜਾਣਾ, ਲਗਾਤਾਰ ਯੂਨਿਟੀ ਨੂੰ ਤੋੜਨਾ, ਲੱਗਦਾ ਗਾ ਵੀ ਖਹਿਰਾ ਸਾਹਿਬ ਪਾਰਟੀ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੇ ਨੇ। ਦੇਖੋ ਖਹਿਰਾ ਸਾਹਿਬ ਨੂੰ ਵਾਰ ਵਾਰ ਬੇਨਤੀ ਕੀਤੀ ਗਈ ਸੀ ਵੀ ਆ ਕੇ ਆਮ ਆਦਮੀ ਪਾਰਟੀ ਦੀ ਮੇਨ ਸਟ੍ਰੀਮ ਸ਼ਾਮਿਲ ਹੋਵੇ, ਪਤਾ ਨਹੀਂ ਉਹਦੇ ਇਰਾਦੇ ਕੀ ਨੇਗੇ, ਉਹ ਕਿਉਂ ਨਹੀਂ ਆਉਂਦੇ ਮੈਨੂੰ ਇਸ ਗੱਲ ਦੀ ਸਮਝ ਨਹੀਂ ਆ ਰਹੀ। ਆਮ ਆਦਮੀ ਪਾਰਟੀ ਨੇ ਇੱਕ ਸਾਡੀ ਜਿਹੜੀ ਕੋਰ ਕਮੇਟੀ ਨੇ ਪੰਜਾਬ ਦੇ ਮਸਲਿਆਂ ਨੂੰ ਨਿਪਟਣ ਲਈ ਕੋਰ ਕਮੇਟੀ ਨੇ ਇੱਕ ਸਬ ਕਮੇਟੀ ਬਣਾਈ ਸੀ, ਸਾਡੀ ਵੱਡੀ ਭੈਣ ਸਰਬਜੀਤ ਕੌਰ ਮਾਣੂਕੇ ਵੀ ਗਏ ਸੀਗੇ, ਪਰ ਖਹਿਰਾ ਸਾਹਿਬ ਨੂੰ ਪਤਾ ਨਹੀਂ ਵਾਰ ਵਾਰ ਕਿਉਂ ਤਕਲੀਫ ਹੁੰਦੀ ਹੈ, ਕਿਉਂ ਨਹੀਂ ਉਹ ਗੱਲ ਮੰਨ ਰਹੇ। ਆਮ ਆਦਮੀ ਪਾਰਟੀ ਨੈਸ਼ਨਲ ਪਾਰਟੀ ਆ, ਆਮ ਆਦਮੀ ਪਾਰਟੀ ਸਾਰੇ ਦੇਸ਼ ਦੀ ਇੱਕ ਵੱਡੀ ਪਾਰਟੀ ਆ, ਇਹ ਨਹੀਂ ਹੈਗਾ ਵੀ ਗੱਲੀ ਪੰਜਾਬ ਦੀ ਪਾਰਟੀ ਆ। ਖਹਿਰਾ ਸਾਹਿਬ ਨੂੰ ਅੱਜ ਵੀ ਮੈਂ ਬੇਨਤੀ ਕਰਦਾ ਵੀ ਜਦੋਂ ਮਰਜ਼ੀ ਆ ਕੇ ਜੁਆਇਨ ਕਰ ਲਓ, ਜਦੋਂ ਮਰਜ਼ੀ ਆਉਣ, ਜਦੋਂ ਮਰਜ਼ੀ ਆ ਕੇ ਜੁਆਇਨ ਕਰਨ, ਪਰ ਲੇਕਿਨ ਮੈਨੂੰ ਲੱਗਦਾ ਵੀ ਖਹਿਰਾ ਸਾਹਿਬ ਦੇ ਇਰਾਦੇ ਨੇਕ ਨਹੀਂ ਹੈਗੇ ਆਮ ਆਦਮੀ ਪਾਰਟੀ ਦੇ, ਨਹੀਂ ਖਹਿਰਾ ਸਾਹਿਬ ਇਹ ਚਾਹੁੰਦੇ ਨੇ ਵੀ ਅਸੀਂ ਕੰਮ ਨਾ ਕਰੀਏ, ਖਹਿਰਾ ਸਾਹਿਬ ਮੈਨੂੰ ਇਹ ਲੱਗਦਾ ਗਾ, ਉਹਨਾਂ ਨੂੰ ਲੱਗਦਾ ਵੀ ਅਸੀਂ ਕੰਮ ਨਾ ਕਰੀਏ ਆਮ ਆਦਮੀ ਪਾਰਟੀ ਪੰਜਾਬ 'ਚ। ਆਮ ਆਦਮੀ ਪਾਰਟੀ ਨੇ ਆਪਣੇ ਕੈਂਡੀਡੇਟ ਕਲੀਅਰ ਕਰਕੇ ਅੱਜ ਐਲਾਨ ਕੀਤਾ ਗਾ ਕਿ ਸਭ ਤੋਂ ਪਹਿਲਾਂ ਲੀਡ ਆਮ ਆਦਮੀ ਪਾਰਟੀ ਲਈ ਹੈ, ਤਾਂ ਕਿ ਅਸੀਂ ਪੰਜਾਬ ਦੇ ਲੋਕਾਂ ਨੂੰ ਦੱਸ ਸਕੀਏ ਵੀ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਜਿਹੜੀ ਮਿਸਰੂਲ ਕਰ ਰਹੀ ਆ ਔਰ ਫੇਲ, ਬਿਲਕੁਲ ਫੇਲ ਆ, ਆਪ ਜਿਹੜੀ ਕਾਂਗਰਸ ਪਾਰਟੀ ਸਰਕਾਰ ਆ ਪੰਜਾਬ ਵਿੱਚ ਬਿਲਕੁਲ ਫੇਲ ਆ, ਅਕਾਲੀ ਦਲ ਬੀਜੇਪੀ ਪਹਿਲੇ ਹੀ ਦੋਸ਼ੀ ਆ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਵੇ, ਚਾਹੇ ਕੁਰਾਨ ਸ਼ਰੀਫ ਦੀ ਬੇਅਦਬੀ ਹੋਵੇ, ਚਾਹੇ ਭਗਵਤ ਗੀਤਾ ਦੀ ਬੇਅਦਬੀ ਹੋਵੇ, ਜਿੰਨੀਆਂ ਵੀ ਧਾਰਮਿਕ ਬੇਅਦਬੀ ਆਉਂਦੀਆਂ ਨੇ, ਚਾਹੇ ਅਕਾਲੀ ਦਲ ਦੋਸ਼ੀ ਆ ਅਤੇ ਬੀਜੇਪੀ ਦੋਸ਼ੀ ਆ, ਇਸ ਗੱਲ ਕਰਕੇ ਲੋਕਾਂ ਨੇ ਦੋਨੇ ਪਾਰਟੀ ਨਕਾਰਤਾ ਔਰ ਕਾਂਗਰਸ ਪਾਰਟੀ ਜਿਹੜੇ ਵੱਡੇ ਵੱਡੇ ਵਾਅਦੇ ਕਰਕੇ ਇੱਕ ਹਰ ਘਰ ਨੌਕਰੀ, ਹਰ ਘਰ ਰੁਜ਼ਗਾਰ ਦੇਣ ਦਾ ਵਾਅਦਾ ਕਰਕੇ ਸੱਤਾ ਚਾਹੀ ਸੀ, ਬਿਲਕੁਲ ਫੇਲ ਹੋ ਚੁੱਕੀ ਆ, ਔਰ ਆਮ ਆਦਮੀ ਪਾਰਟੀ ਨੇ ਪਹਿਲ ਕੀਤੀ ਆ ਔਰ ਸਾਡੇ ਜਿੰਨੇ ਵੀ ਕੈਂਡੀਡੇਟ ਡਿਕਲੇਅਰ ਕੀਤੇ ਨੇ ਸਾਰੇ ਵੱਡੀ ਯੋਜਨਾ ਜਿੱਤਣਗੇ। ਉੱਥੇ ਹੀ ਜਿਨ੍ਹਾਂ ਨੂੰ ਟਿਕਟਾਂ ਮਿਲੀਆਂ ਨੇ ਉਹਨਾਂ ਦੇ ਬਿਆਨ ਵੀ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ। ਉਹਨਾਂ ਨੇ ਪਾਰਟੀ ਹਾਈ ਕਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹਨਾਂ ਨੂੰ ਖੁਸ਼ੀ ਹੈ ਕਿ ਪਾਰਟੀ ਨੇ ਉਹਨਾਂ ਉੱਤੇ ਆਪਣਾ ਭਰੋਸਾ ਜਤਾਉਂਦੇ ਹੋਏ ਉਹਨਾਂ ਨੂੰ ਟਿਕਟ ਨਵਾਜੀ ਹੈ। ਨਹੀਂ, ਮੈਂ ਕਹਿੰਦਾ ਚੰਗੀ ਗੱਲ ਹੈ, ਕੋਈ ਆਵੇ ਤਾਂ, ਮੈਨੂੰ ਤਾਂ ਮੇਰੀ ਪਾਰਟੀ ਕਹੇ ਵੀ ਨਹੀਂ ਲੜਨਾ ਆਪਾਂ, ਕਿ ਹੋਰ ਆਪਣਾ ਆਪਣੀ ਪਾਰਟੀ 'ਚੋਂ ਬੰਦਾ ਕੋਈ ਜੇ ਕਲੇਮ ਕਰਦਾ ਹੈ ਤਾਂ ਮੈਂ ਤਾਂ ਛੱਡਣ ਨੂੰ ਤਿਆਰ ਹਾਂ, ਮੈਂ ਤਾਂ ਪਹਿਲਾਂ ਵੀ ਤਿਆਰ ਹਾਂ, ਹੁਣ ਵੀ। ਪਹਿਲਾਂ ਵੀ ਪਾਰਟੀ ਨੇ ਮੈਨੂੰ ਮੱਲੋ ਜੋਰੀ ਟਿਕਟ ਦੇ ਕੇ ਲਿਆਂਦਾ ਸੀ, ਮੈਂ ਲੜਨਾ ਨਹੀਂ ਚਾਹੁੰਦਾ ਸੀ ਕਿਉਂਕਿ ਮੈਂ ਇਸ ਫੀਲਡ ਦਾ ਬੰਦਾ ਨਹੀਂ, ਮੈਂ ਐਜੂਕੇਸ਼ਨ ਦੇ ਫੀਲਡ 'ਚੋਂ ਆਇਆ ਸੀ। ਪਰ ਹੁਣ ਪਾਰਟੀ ਨੇ ਮੇਰਾ ਕੰਮ ਵੇਖ ਕੇ ਅਤੇ ਪਾਰਟੀ ਦਾ ਜਿਹੜਾ ਆਪਣਾ ਸਿਧਾਂਤ ਸੀ ਉਹ ਲਾਗੂ ਹੁੰਦਾ ਦੇਖ ਕੇ ਪਾਰਟੀ ਨੇ ਮੈਨੂੰ ਦੁਬਾਰਾ ਫਿਰ ਚੁਣਿਆ ਅਤੇ ਮੈਂ ਠੀਕ ਹੈ ਮਿਲੂੰਗਾ, ਜੇ ਕੋਈ ਚੰਗਾ ਬੰਦਾ ਹੋਰ ਆਉਂਦਾ ਤਾਂ ਮੈਂ ਆਪ ਹੀ ਸਰੈਂਡਰ ਕਰ ਜੂੰਗਾ। ਉਹਨਾਂ ਤੋਂ ਪੁੱਛਾਂਗਾ ਵੀ ਤੁਹਾਡੀ ਕੀ ਨਾਰਾਜ਼ਗੀ ਹੈ, ਜੇ ਨਾਰਾਜ਼ਗੀ ਉਹਨਾਂ ਦੀ ਦੂਰ ਹੋ ਕੇ ਅਤੇ ਉਹ ਸਾਡੇ ਨਾਲ ਜੁੜ ਸਕਦੇ ਹੈ ਤਾਂ ਮੇਰੇ ਖਿਆਲ ਅਸੀਂ ਜੋੜਾਂਗੇ। ਜੇ ਉਹਨਾਂ ਦੀ ਨਾਰਾਜ਼ਗੀ ਇਹੀ ਆ ਵੀ ਮੈਂ ਨਾ ਮੰਨੂ ਅਤੇ ਮੈਂ ਤਾਂ ਵੀ ਤੁਹਾਡੇ ਖਿਲਾਫ ਹੀ ਲੜਨਾ ਹੈ ਅਤੇ ਮੈਨੂੰ ਫਲਾਣੇ ਬੰਦੇ ਨੇ ਵਿਅਕਤੀ ਵਿਸ਼ੇਸ਼ ਨੇ ਕਿਹਾ ਜਾਂ ਮੈਨੂੰ ਕੋਈ ਤਾਕਤ ਮਿਲਦੀ, ਕਈ ਵਾਰੀ ਇੰਝ ਵੀ ਹੁੰਦਾ ਹੈ ਜਿਵੇਂ ਮੈਨੂੰ ਬੜੀਆਂ ਔਫਰਸ ਹੋਈਆਂ ਸੀ ਕਿ ਮੈਨੂੰ ਕਿਹਾ ਸੀ ਵੀ ਤੈਨੂੰ 2-3 ਕਰੋੜ ਰੁਪਈਆ ਦੇ ਦਿੰਦੇ ਅਤੇ ਤੂੰ ਸਾਡੇ ਨਾਲ ਰਲ ਜਾ, ਇਹ ਬੀਜੇਪੀ ਦੀ ਔਫਰ ਆਈ ਸੀ ਮੈਨੂੰ ਸ਼ੁਰੂ 'ਚ ਜਦੋਂ ਮੈਂ ਗਿਆ, ਅਤੇ ਇਸ ਤਰ੍ਹਾਂ ਹੁਣ ਉਹਨਾਂ ਨੂੰ ਵੀ ਔਫਰਸ ਇਸ ਤਰ੍ਹਾਂ ਆਉਂਦੀਆਂ ਹੋਣਗੀਆਂ ਵੀ ਤੁਹਾਨੂੰ ਅਸੀਂ ਪੈਸੇ ਦੇ ਦਾਂਗੇ ਤੁਸੀਂ ਸਾਡੇ ਨਾਲ ਆ ਜਾਓ, ਅਤੇ ਮੇਰਾ ਖਿਆਲ ਆ ਵੀ ਜੇ ਇਸ ਤਰ੍ਹਾਂ ਹੀ ਉਹ ਚੱਲਦੇ ਨੇ ਅਤੇ ਫਿਰ ਉਹ ਆਪਦੇ ਸਿਧਾਂਤਾਂ ਤੋਂ, ਆਪਦੀ ਇਮਾਨਦਾਰੀ ਤੋਂ, ਟਰਾਂਸਪੇਰੈਂਸੀ ਤੋਂ ਥੋੜ੍ਹਾ ਜਿਹਾ ਪਾਸੇ ਜਾਂਦੇ ਨੇ, ਲੋਕ ਅਜਿਹੇ ਬੰਦੇ ਨੂੰ ਐਕਸੈਪਟ ਨਹੀਂ ਕਰਦੇ ਹੁੰਦੇ। ਪ੍ਰੈਸ ਕਾਨਫਰੰਸ ਹੋਈ ਸੀ ਆਮ ਆਦਮੀ ਪਾਰਟੀ ਵੱਲੋਂ ਅਤੇ ਉਹਦੇ ਵਿੱਚ 5 ਕੈਂਡੀਡੇਟਸ ਲੋਕ ਸਭਾ 2019 ਵਾਸਤੇ ਆਮ ਆਦਮੀ ਪਾਰਟੀ ਵੱਲੋਂ ਅਨਾਊਂਸ ਕੀਤੇ ਗਏ, ਜਿਨ੍ਹਾਂ ਵਿੱਚੋਂ ਆਊਟ ਆਫ 5 2 ਸਿਟਿੰਗ ਐਮ ਪੀਸ ਨੇ, ਸਾਡੇ ਮਾਨ ਸਾਹਿਬ ਭਗਵੰਤ ਸਿੰਘ ਮਾਨ ਸੰਗਰੂਰ ਤੋਂ ਅਤੇ ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਸਿੰਘ, ਦੇ ਵਿਲ ਕੰਟੀਨਿਊ, ਦੇ ਵਿਲ ਰੀਕੰਟੈਸਟ ਫਰੋਮ ਦੇਅਰ ਕੋਨਸਟੀਚੁਐਂਸੀਸ, ਅਤੇ ਉਹਦੇ ਵਿੱਚ ਨਾਲ ਐਡੀਸ਼ਨ 3 ਨਾਮ ਹੋਰ ਆਏ ਸੀਗੇ, ਕੁਲਦੀਪ ਸਿੰਘ ਧਾਲੀਵਾਲ ਅੰਮ੍ਰਿਤਸਰ ਤੋਂ, ਨਰਿੰਦਰ ਸ਼ੇਰਗਿੱਲ ਸ਼੍ਰੀ ਅਨੰਦਪੁਰ ਸਾਹਿਬ ਤੋਂ, ਅਤੇ ਜਿਹੜਾ ਤੀਸਰਾ ਨਾਂ ਸੀ ਸਾਡਾ ਹੁਸ਼ਿਆਰਪੁਰ ਤੋਂ ਸਾਡਾ ਅਨਾਊਂਸ ਕੀਤਾ ਪਾਰਟੀ ਨੇ, ਅਤੇ ਇਸ ਰਿਗਾਰਡਿੰਗ ਅਸੀਂ ਤੁਹਾਨੂੰ ਜਸਟ ਇੱਕ ਗੈਟ ਟੂਗੈਦਰ ਇੱਕ ਕਾਲ ਕੀਤੀ ਸੀ। ਬੜਾ ਸੋਚ ਸਮਝ ਕੇ ਪਾਰਟੀ ਹਾਈਕਮਾਂਡ ਨੇ, PAC ਨੇ ਫੈਸਲਾ ਲਿਆ ਹੈ, ਕਿਉਂਕਿ ਰੀਜ਼ਨ ਵੀ ਕਿ ਲੋਕ ਸਭਾ ਇਲੈਕਸ਼ਨ ਆ, ਅਸੈਂਬਲੀਜ਼ ਜ਼ਿਆਦਾ ਨੇ, ਏਰੀਆ ਜ਼ਿਆਦਾ ਨੇ, ਕਿ ਕਹਿੰਦੇ ਕਿ ਤੁਸੀਂ ਹੁਣੀ ਆਪਣੇ ਆਪਣੇ ਕੰਮ ਕਰਦੇ ਜੋ ਵੀ ਹੈਗਾ ਪਲੈਨਿੰਗ ਮੈਨੇਜਮੈਂਟ ਕਰਕੇ ਤੁਸੀਂ ਅੱਗੇ ਤੁਰੋ ਕੰਮ ਕਰੋ, ਫ੍ਰੀ ਹੈਂਡ ਸਾਨੂੰ ਕਰਤਾ ਉਹਨਾਂ ਨੇ। ਹਾਂਜੀ, ਆਉਣ ਵਾਲੇ ਸਮੇਂ ਵਿੱਚ ਵੇਖਣਾ ਹੋਵੇਗਾ ਕਿ ਆਪ ਵਿੱਚ ਫੈਲਿਆ ਕਾਟੋ ਕਲੇਸ਼ ਹੋਰ ਕਿੰਨਾ ਵਧੇਗਾ, ਕੀ ਖਹਿਰਾ ਨਵੀਂ ਪਾਰਟੀ ਦਾ ਐਲਾਨ ਕਰਨਗੇ, ਇਹ ਕੁਝ ਸਵਾਲ ਹਨ ਜਿਨ੍ਹਾਂ ਦਾ ਜਵਾਬ ਵੀ ਆਉਣ ਵਾਲੇ ਸਮੇਂ ਵਿੱਚ ਮਿਲੇਗਾ। ਬਿਊਰੋ ਰਿਪੋਰਟ, ਚੈਨਲ ਵਾਈ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ। ਯੂ ਆਰ ਵਾਚਿੰਗ ਚੈਨਲ ਵਾਈ, ਚੈਨਲ ਵਾਈ, ਅ ਸਾਊਥ ਏਸ਼ੀਅਨ ਕੈਨੇਡੀਅਨ ਚੈਨਲ।